ਆਸਤੇ ਟੀਵੀ ਤੇ ਤੁਹਾਡਾ ਸਭ ਦਾ ਸਵਾਗਤ ਮੈਂ ਰਮਨ ਸਿੱਧੂ ਲੈ ਕੇ ਹਾਜ਼ਰ ਹਾਂ ਅੱਜ ਦਾ ਦਿਨ ਇਤਿਹਾਸ ਵਿੱਚ ਸੋ ਦੋਸਤੋ ਅੱਜ ਹੈ 25 ਅਕਤੂਬਰ ਅੱਜ ਤੁਹਾਡੇ ਸਾਹਮਣੇ ਪੇਸ਼ ਕਰਨ ਜਾ ਰਹੇ ਹਾਂ 25 ਅਕਤੂਬਰ ਨਾਲ ਜੁੜੀਆਂ ਘਟਨਾਵਾਂ ਬਾਰੇ ਜਿਨ੍ਹਾਂ ਦਾ ਸਬੰਧ ਪੰਜਾਬ ਸਿੱਖ ਤਾਰੀਖ ਤੇ ਦੇਸ਼ ਦੁਨੀਆ ਨਾਲ ਜੁੜਿਆ ਹੋਇਆ ਹੈ ਸੋ ਸਭ ਤੋਂ ਪਹਿਲਾਂ ਜ਼ਿਕਰ ਹੈ ਸਾਲ 2012 ਦਾ ਪੰਜਾਬੀ ਹਾਸਰਾਸ ਕਲਾਕਾਰ ਬਿਆਨਕਾਰ ਕਾਰਟੂਨਿਸਟ ਤੇ ਅਦਾਕਾਰ ਜਸਪਾਲ ਪੱਟੀ ਦਾ

ਜੀ ਗੱਲ ਕਰੀਏ ਜਸਪਾਲ ਸਿੰਘ ਪੱਟੀ ਦੀ ਤਾਂ ਜਸਪਾਲ ਪੱਟੀ ਇੱਕ ਪੰਜਾਬੀ ਹਾਸਰਾਜ ਕਲਾਕਾਰ ਵਿਅੰਕਰ ਕਾਰਟੂਨਿਸਟ ਤੇ ਅਦਾਕਾਰ ਸਨ ਜੋ ਆਮ ਆਦਮੀ ਦੇ ਜੀਵਨ ਦੀਆਂ ਮੁਸੀਬਤਾਂ ਉੱਤੇ ਆਪਣੇ ਵਿਅੰਗ ਲਈ ਮਸ਼ਹੂਰ ਸਨ ਉਹ ਹਿੰਦੀ ਟੈਲੀਵਿਜ਼ਨ ਤੇ ਸਿਨੇਮੇ ਦੇ ਉੱਗੇ ਅਦਾਕਾਰ ਫਿਲਮ ਨਿਰਮਾਤਾ ਤੇ ਨਿਰਦੇਸ਼ਕ ਸਨ 80 ਦੇ ਦਹਾਕੇ ਦੇ ਅੰਤ ਵਿੱਚ ਦੂਰਦਰਸ਼ਨ ਤੇ ਸਵੇਰ ਵੇਲੇ ਉਲਟਾ ਪੁਲਟਾ ਸ਼ੋਰ ਆਈ ਮਸ਼ਹੂਰ ਹੋਏ ਇਸ ਤੋਂ ਪਹਿਲਾਂ ਉਹ ਚੰਡੀਗੜ੍ਹ ਵਿੱਚ ਟ੍ਰਿਬਿਊਨ ਅਖਬਾਰ ਵਿੱਚ ਕਾਰਟੂਨਿਸਟ ਸਨ ਇੱਕ ਕਾਰਟੂਨਿਸਟ ਹੋਣ ਦੇ ਨਾਤੇ ਹੀ ਉਹਨਾਂ ਨੂੰ ਆਮ ਆਦਮੀ ਨਾਲ ਜੁੜੀਆਂ ਮੁਸ਼ਕਲਾਂ ਤੇ ਮੁਸੀਬਤਾਂ ਉੱਤੇ ਵਿਅੰਗਮਈ ਚੋਟ ਕਰਨ ਦਾ ਪਹਿਲਾਂ ਤੋਂ ਹੀ ਤਜਰਬਾ ਸੀ ਆਪਣੀ ਇਸ ਕਾਬਲੀਅਤ 사ਦਕਾ ਉਹ ਉਲਟਾ-ਪੁਲਟਾ ਸ਼ੋਅ ਨੂੰ ਬਹੁਤ ਰੋਚਕ ਬਣਾਉਣ ਵਿੱਚ ਸਫਲ ਰਹੇ ਸਨ 90ਆਂ ਦੇ ਸ਼ੁਰੂ ਵਿੱਚ ਉਹ ਦੂਰਦਰਸ਼ਨ ਤੋਂ ਇੱਕ ਹੋਰ ਲੜੀਵਾਰ ਫਲੌਪ ਸ਼ੋਅ ਲੈ ਕੇ ਆਏ ਜੋ ਬਹੁਤ ਪ੍ਰਸਿੱਧ ਹੋਇਆ ਤੇ ਇਸ ਦੇ ਬਾਅਦ ਜਸਪਾਲ ਪੱਟੀ ਨੂੰ ਇੱਕ ਕਾਰਟੂਨਿਸਟ ਦੀ بجائے ਇੱਕ ਹਾਸਰਾਸ ਅਦਾਕਾਰ ਦੇ ਰੂਪ ਵਿੱਚ ਪਹਿਚਾਨ ਮਿਲੀ 25 ਅਕਤੂਬਰ 2012 ਨੂੰ ਸਵੇਰੇ 3 ਵਜੇ ਜਲੰਧਰ ਦੇ ਰਸਤੇ ਵਿੱਚ ਸ਼ਾਹਕੋਟ ਨੇੜੇ ਇੱਕ ਸੜਕ ਦੁਰਘਟਨਾ ਵਿੱਚ ਉਹਨਾਂ ਦੀ ਮੌਤ ਹੋ ਗਈ ਹੁਣ ਜਾਣਦੇ ਹਾਂ ਭਾਰਤ ਬਾਰੇ ਸਾਲ 1938 ਪੰਜਵੀਂ ਬੰਗਾਲਣ ਅੰਗਰੇਜ਼ੀ ਲੇਖਿਕਾ ਭਾਰਤ ਲਹਿਰ ਨਾਰੀਵਾਦ ਵਿਦਾ ਨਿਵੰਦ ਨਾਟਕ ਕਹਾਣੀ ਨਾਵਲ ਕਾਲਮ ਨੂੰ ਵੀ ਮਿਰਦੁੱਲਾ ਗਰਗ ਦਾ ਜਨਮ ਹੋਇਆ ਮਿਰਦੁੱਲਾ ਗਰਗ ਇੱਕ ਭਾਰਤੀ ਲੇਖਕ ਹੈ ਜੋ ਹਿੰਦੀ ਤੇ ਅੰਗਰੇਜ਼ੀ ਭਾਸ਼ਾਵਾਂ ਵਿੱਚ ਲਿਖਦੀ ਹੈ ਹਿੰਦੀ ਵਿੱਚ ਇਸ ਦੀਆਂ 20 ਕਿਤਾਬਾਂ ਛਪ ਚੁੱਕੀਆਂ ਨੇ ਜਿਨ੍ਹਾਂ ਵਿੱਚ ਤਿੰਨ ਨੂੰ ਇਸ ਨੇ ਅੰਗਰੇਜ਼ੀ ਵਿੱਚ ਵੀ ਕੀਤਾ ਇਸ ਨੂੰ 2013 ਵਿੱਚ ਆਪਣੇ ਨਾਵਲ ਮਿਲਜੁਲ ਮਨ ਲਈ ਸਾਹਿਤ ਅਕਾਦਮੀ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ ਹੁਣ ਗੱਲ ਕਰਦੇ ਹਾਂ ਉਹਨਾਂ ਦੇ ਮੁੱਢਲੇ ਜੀਵਨ ਦੀ ਮਿਰਦੁੱਲਾ ਦੀ ਪਹਿਲੀ ਰੂਕਾਵਟ ਕਹਾਣੀ 1970 ਵਿੱਚ ਸਾਰਿਕਾ ਮੈਗਜ਼ੀਨ ਵਿੱਚ ਛਪੀ ਸੀ ਉਹਨਾਂ ਦੀ ਤੀਜੀ ਕਹਾਣੀ ਕਿਤਨੀ ਕੈਦੇ ਨੂੰ 1972 ਵਿੱਚ ਕਹਾਣੀ ਪత్రిక ਵੱਲੋਂ ਪਹਿਲਾ ਇਨਾਮ ਹਾਸਲ ਹੋਇਆ ਉਹਨਾਂ ਦਾ ਪਹਿਲਾ ਨਾਵਲ ਉਸਕੇ ਹਿੱਸੇ ਦੀ ਧੂਪ 1975 ਵਿੱਚ ਛਪਿਆ ਜਿਸ ਨੂੰ ਮੱਧ ਪ੍ਰਦੇਸ਼ ਸਾਹਿਤਿਆ ਪ੍ਰੀਸ਼ਦ ਵੱਲੋਂ ਵੀਰ ਸਿੰਘ ਦੇਵ ਇਨਾਮ ਦਿੱਤਾ ਗਿਆ ਇਸੇ ਪ੍ਰੀਸ਼ਦ ਨੇ ਉਹਨਾਂ ਦੇ ਨਾਟਕ ਜਾਦੂ ਕਾਂਕਾ ਲਈ ਨੂੰ ਠੇਸ ਕੋਵਿੰਦਾਸ ਇਨਾਮ ਨਾਲ ਨਿਵਾਜਿਆ ਸਾਲ 1984 ਤੋਂ 1999 ਤੱਕ ਰਵੀਵਾਰ ਪੱਤਰਕਾ ਵਿੱਚ ਇੱਕ ਨਿਰੰਤਰ ਕਾਲਮ ਉਹਨਾਂ ਦੇ ਨਾਂ ਹੇਡ ਛਪਦਾ ਰਿਹਾ ਜਿਸ ਵਿੱਚ ਉਹਨਾਂ ਨੇ ਵਾਤਾਵਰਣ ਸਮੇਤ ਕਈ ਭੱਖ ਦੇ ਮੁੱਦਿਆਂ ਬਾਰੇ ਲਿਖਿਆ ਹੁਣ ਤੱਕ ਉਹਨਾਂ ਦੇ ਸੱਤ ਨਾਵਲ ਤਕਰੀਬਨ 90 ਕਹਾਣੀਆਂ ਤਿੰਨ ਨਾਟਕ ਦੋ ਨਿਬੰਧ ਸੰਗ੍ਰਹਿ ਤੇ ਇੱਕ ਵਿਅੰਗ ਸੰਗ੍ਰਹਿ ਛਪ ਚੁੱਕੇ ਨੇ ਉਹਨਾਂ ਦੇ ਵਿਅੰਗ ਸੰਗ੍ਰਹਿ ਦਾ ਨਾਮ ਕਰ ਲਏਗੇ ਸਭ ਹਜਮ ਹੈ ਉਹਨਾਂ ਦੇ ਨਾਵਲ ਚਿਤਕੋਬਰਾ ਤੇ ਅੰਨਿਆਂ ਦੀ ਹਿੰਦੀ ਸਾਹਿਤਕ ਜਗਤ 'ਚ ਕਾਫੀ ਚਰਚਾ ਰਹੀ ਹੈ ਹਰੀਪਿੰਦੀ ਡੈਫੋਡੀਲ ਚੱਲ ਰਹੇ ਹੈ ਵੈ ਮੈਂ ਹੀ ਥੀ ਸਹਿਰ ਕੇ ਨਾਮ ਸੁਮਾਗਮ ਉਹਨਾਂ ਦੀਆਂ ਚਰਚਿਤ ਕਹਾਣੀਆਂ ਨੇ ਸਾਲ 1988-89 ਵਿੱਚ ਹਿੰਦੀ ਅਕਾਦਮੀ ਦਿੱਲੀ ਨੇ ਉਹਨਾਂ ਨੂੰ ਸਾਹਿਤਕਾਰ ਇਨਾਮ ਦਿੱਤਾ 1999 ਕ ਉਹਨਾਂ ਨੂੰ ਉੱਤਰ ਪ੍ਰਦੇਸ਼ ਹਿੰਦੀ ਸੰਸਥਾਨ ਤੋਂ ਸਾਹਿਤਿਆ ਪੂਸ਼ਣ ਤੇ 2001 ਵਿੱਚ ਨਿਊਯਾਰਕ ਦੀ ਹਿਊਮਨ ਰਾਈਟਸ ਵਾਚ ਤੋਂ ਹੈਲਮਨ ਹਿੰਮਤ ਗ੍ਰਾਂਟ ਹਾਸਲ ਹੋਇਆ ਉਹਨਾਂ ਦੇ ਨਾਬਲ ਕਟ ਕੁਲਾਬ ਨੂੰ ਸੰਤ 2004 ਵਿੱਚ ਵਿਆਸ ਇਨਾਮ ਨਾਲ ਨਮਾਜਿਆ ਗਿਆ ਜੇ ਗੱਲ ਕਰੀਏ ਉਹਨਾਂ ਦੀਆਂ ਰਚਨਾਵਾਂ ਬਾਰੇ ਤਾਂ ਉਸਕੇ ਹਿੱਸੇ ਕੀ ਦੂਪ ਵਾंचे ਜਿਤ ਕੋਬਰਾ ਅਨੱਤਿਆ ਮੈਂ ਔਰ ਮੈਂ ਕਟ ਗੁਲਾਬ ਪ੍ਰਸਿੱਧ ਨੇ ਮਿਰਦੁਲਾ ਗਰਗ ਦਾ ਜਨਮ ਭਾਵੇਂ ਕੋਲਕੱਤਾ ਸ਼ਹਿਰ ਵਿੱਚ ਹੋਇਆ ਉਹਨਾਂ ਦਾ ਪਿਛੋਕੜ ਉੱਤਰ ਪ੍ਰਦੇਸ਼ ਦਾ ਹੈ ਆਪਣੀ ਪੜ੍ਹਾਈ ਉਹਨਾਂ ਨੇ ਦਿੱਲੀ 'ਚ ਪੂਰੀ ਕੀਤੀ ਇਕਨੋਮਿਕਸ ਵਿੱਚ ਬੀਏ ਕਰਨ ਤੋਂ ਬਾਅਦ ਉਹਨਾਂ ਨੇ 3 ਸਾਲ ਤੱਕ ਪੜ੍ਹਾਉਣ ਦਾ ਕੰਮ ਕੀਤਾ ਇੱਕ ਲਖਾਰੀ ਦੇ ਰੂਪ 'ਚ ਉਹਨਾਂ ਦਾ ਜੀਵਨ ਵਿਆਹ ਤੋਂ ਬਾਅਦ ਸ਼ੁਰੂ ਹੋਇਆ ਅੱਗੇ ਜ਼ਿਕਰ ਆ ਸਾਲ 1945 ਦਾ ਭਾਰਤੀ ਫਿਲਮ ਨਿਰਮਾਤਾ ਸਕਰੀਨ ਲੇਖਕ ਤੇ ਅਦਾਕਾਰਾ ਅਰਪਨਾ ਸੇਨ ਦਾ ਜਨਮ ਹੋਇਆ ਅਰਪਨਾ ਸੇਨ ਇੱਕ ਭਾਰਤੀ ਫਿਲਮ ਨਿਰਮਾਤਾ ਸਕਰੀਨ ਲੇਖਕ ਤੇ ਅਦਾਕਾਰ ਹੈ ਉਸ ਨੇ ਇੱਕ અભਿਨੇਤਰੀ ਤੇ ਫਿਲਮ ਨਿਰਮਾਤਾ ਵਜੋਂ ਪ੍ਰਸ਼ੰਸਾ ਪ੍ਰਾਪਤ ਕੀਤੀ ਹੈ ਜਿਸ ਵਿੱਚ 9 ਰਾਸ਼ਟਰੀ ਫਿਲਮ ਅਵਾਰਡ 5 ਫਿਲਮ ਫੇਅਰ ਅਵਾਰਡ ਤੇ 13 ਬੰਗਾਲ ਫਿਲਮ ਜਰਨਲਿਸਟ ਐਸੋਸੀਏਸ਼ਨ ਅਵਾਰਡ ਸ਼ਾਮਲ ਨੇ ਕਲਾ ਦੇ ਖੇਤਰ ਵਿੱਚ ਉਸਦੇ ਯੋਗਦਾਨ ਲਈ ਭਾਰਤ ਸਰਕਾਰ ਨੇ ਉਸ ਨੂੰ ਦੇਸ਼ ਦੇ ਚੌਥੇ ਸਰਵੋੱਚ ਨਾਗਰਿਕ ਪੁਰਸਕਾਰ ਪਦਮ ਸ਼੍ਰੀ ਨਾਲ ਸਨਮਾਨਿਤ ਕੀਤਾ ਹੈ ਜੇ ਗੱਲ ਕਰੀਏ ਉਹਨਾਂ ਦੇ ਸ਼ੁਰੂਆਤੀ ਜੀਵਨ ਤੇ ਸਿੱਖਿਆ ਬਾਰੇ ਤਾਂ ਸੀਨ ਦਾ ਜਨਮ ਇੱਕ ਬੰਗਾਲੀ ਵੈਦਿਆ ਪਰਿਵਾਰ ਵਿੱਚ ਹੋਇਆ ਸੀ ਮੂਲ ਰੂਪ ਵਿੱਚ ਚਟਗਾਮ ਜ਼ਿਲ੍ਹੇ ਦੇ ਕਾਕਸਬাজার ਤੋਂ ਸੀ ਉਸਦੀ ਮਾਂ ਸੁਪਰੀਆ ਦਾਸ ਗੁਪਤਾ ਇੱਕ ਕੋਸਟਿਊਮ ਡਿਜ਼ਾਈਨਰ ਸੀ ਤੇ 73 ਸਾਲ ਦੀ ਉਮਰ ਵਿੱਚ जिदानंद दे निर्देशक उद्दम अमोदिनी ਲਈ ਸਰਬੋਤਮ ਕਾਸਟਿਊਮ ਡਿਜ਼ਾਈਨ ਲਈ ਨੈਸ਼ਨਲ ਫਿਲਮ ਅਵਾਰਡ ਹਾਸਲ ਕੀਤੀ ਤਾਂ ਸੇਨ ਬੰਗਾਲੀ ਕਵੀ ਜੀਵਨ ਨੰਦਾਸ ਦੀ ਰਿਸ਼ਤੇਦਾਰ ਹੈ ਉਸਨੇ ਸੇਨ ਨੇ ਆਪਣਾ ਬਚਪਨ ਹਜ਼ਾਰੀ ਬਾਗ ਦੇ ਕੋਲਕਾਤਾ ਵਿੱਚ ਬਤਾਇਆ ਤੇ ਆਪਣੀ ਸਕੂਲੀ ਪੜਾਈ ਪਹਿਲਾਂ ਸਾਊਥ ਪੁਆਇੰਟ ਤੇ ਬਾਅਦ ਵਿੱਚ ਮਾਡਰਨ ਹਾਈ ਸਕੂਲ ਫੋਰ ਗਰਲਸ ਕੋਲਕਾਤਾ ਭਾਰਤ ਵਿੱਚ ਕੀਤੀ ਉਸਨੇ ਆਪਣੀ ਬੀਏ ਪ੍ਰੈਜ਼ੀਡੈਂਸੀ ਕਾਲਜ ਵਿੱਚ ਅੰਗਰੇਜ਼ੀ ਵਿੱਚ ਪਾ ਡਿਗਰੀ ਪੂਰੀ ਨਹੀਂ ਕੀਤੀ ਜੇ ਗੱਲ ਕਰੀਏ ਉਹਨਾਂ ਦੇ ਕਰੀਅਰ ਬਾਰੇ ਤਾਂ ਮਨੋਰੰਜਨ ਦੀ ਦੁਨੀਆ ਵਿੱਚ ਸੇਨ ਦੀ ਸ਼ੁਰੂਆਤ ਉਦੋਂ ਹੋਈ ਜਦੋਂ 15 ਸਾਲ ਦੀ ਸੀ ਤੇ ਬ੍ਰਾਇਨ ਬ੍ਰੇਕ ਦੁਆਰਾ ਉਸ ਦੀ 1960 ਦੀਆਂ ਤਸਵੀਰਾਂ ਦੀ ਮੌਨਸੂਨ ਲੜੀ ਵਿੱਚੋਂ ਮਸ਼ਹੂਰ ਫੋਟੋ ਖਿੱਚੀ ਗਈ ਸੀ ਫੋਟੋ ਲਾਈਫ ਦੇ ਕਵਰ ਤੇ ਦਿਖਾਈ ਦਿੱਤੀ ਸੇਨ ਨੇ 16 ਸਾਲ ਦੀ ਉਮਰ ਵਿੱਚ ਪਹਿਲੀ ਆਪਣੀ ਫਿਲਮੀ ਸ਼ੁਰੂਆਤ ਕੀਤੀ ਜਦੋਂ ਉਸਨੇ ਸਤਿਆਜੀਤਰੇ ਦੁਆਰਾ ਨਿਰਦੇਸ਼ਿਤ 1968 ਦੀ ਫਿਲਮ ਤੀਨ ਕਨਿਆ ਦੇ ਸੰਪਤੀ ਹਿੱਸੇ ਵਿੱਚ ਮ੍ਰਿੰਮਈ ਦੀ ਭੂਮਿਕਾ ਨਿਭਾਈ ਉਸਨੇ ਨਿਰਦੇਸ਼ਕ ਦੁਆਰਾ ਬਣਾਇਆ ਚਾਰ ਫਿਲਮਾਂ ਵਿੱਚ ਦਿਖਾਈ ਦੇਣ ਲਈ ਚਲੀ ਗਈ ਜਿਸ ਵਿੱਚ ਅਰਨਯਾਰ ਦਿਨ ਰਾਤਰੀ ਜਨ ਅਰਨਿਆ ਤੇ ਪੀਕੂ ਸ਼ਾਮਲੇ ਸਾਲ 1989 ਹਿੰਦੀ ਦੇ ਕੋਸ਼ਕਾਰ ਭਾਸ਼ਾ ਵਿਗਿਆਨਿਕ ਤੇ ਭਾਸ਼ਾ ਚਿੰਤ ਭੋਲਾਨਾਥ Tiwari ਦਾ ਦਿਹਾਂਤ ਹੋਇਆ। ਸਾਲ 1980 ਭਾਰਤ ਦਾ ਫਿਲਮੀ ਤੇ ਉਰਦੂ ਸ਼ਾਇਰ ਤੇ ਹਿੰਦੀ ਗੀਤਕਾਰ ਸ਼ਾਇਰ ਲੁਧਿਆਣਵੀ ਦਾ ਦਿਹਾਂਤ ਹੋਇਆ। ਅੱਗੇ ਜ਼ਿਕਰ ਹੈ 2005 ਦਾ ਹਿੰਦੀ ਲੇਖਕ ਨਾਬਲਕਾਰ ਕਾਰਕੁੰਤ ਅਤੇ ਅਨੁਵਾਦਕ ਨਿਰਮਲ ਵਰਮਾ ਦਾ ਦਿਹਾਂਤ ਹੋਇਆ। ਜੇ ਗੱਲ ਕਰੀਏ ਨਿਰਮਲ ਵਰਮਾ ਦੀ ਤਾਂ ਹਿੰਦੀ ਲੇਖਕ ਨਾਵਲਕਾਰ ਕਾਰਕੁਨ ਤੇ ਅਨੁਵਾਦਕ ਸੀ ਉਹ ਹਿੰਦੀ ਸਾਹਿਦੀ ਸਾਹਿਤਿਕ ਲਹਿਰ ਨਵੀਨ ਕਹਾਣੀ ਦੇ ਮੋਢੀਆਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ ਉਸਨੇ ਆਪਣੇ ਪੰਜ ਦਹਾਕਿਆਂ ਦੇ ਕੈਰੀਅਰ ਤੇ ਸਾਹਿਦ ਦੇ ਵੱਖ-ਵੱਖ ਰੂਪਾਂ ਜਿਵੇਂ ਕਹਾਣੀ ਸਫਰ ਨਾਮੇ ਤੇ ਲੇਖਨ ਸਮੇਤ ਪੰਜ ਨਾਵਲ ਅੱਠ ਕਹਾਣੀ ਸੰਗ੍ਰਹਿ ਤੇ ਗੈਰ ਗਲਪ ਕਹਾਣੀਆਂ ਦੀਆਂ ਨੌ ਪੁਸਤਕਾਂ ਲਿਖੀਆਂ ਹੁਣ ਗੱਲ ਕਰਦੇ ਹਾਂ ਉਹਨਾਂ ਦੇ ਜੀਵਨ ਬਾਰੇ ਨਿਰਮਲ ਬਰਮਾ ਦਾ ਜਨਮ 3 ਅਪ੍ਰੈਲ 1929 ਨੂੰ ਸ਼ਿਮਲਾ ਵਿੱਚ ਹੋਇਆ ਸੀ ਜਿੱਥੇ ਉਸਦੇ ਪਿਤਾ ਬ੍ਰਿਟਿਸ਼ ਭਾਰਤ ਸਰਕਾਰ ਦੇ ਸਿਵਲ ਸੇਵਾਵਾਂ ਮਾ ਵਿਭਾਗ ਵਿੱਚ ਇੱਕ ਅਧਿਕਾਰੀ ਵਜੋਂ ਕੰਮ ਕਰਦੇ ਸਨ ਉਹ ਆਪਣੇ 8 ਭੈਣਾ ਭਰਾਵਾਂ ਵਿੱਚੋਂ 7ਵਾਂ ਬੱਚਾ ਸੀ ਉਸ ਦਾ ਇੱਕ ਭਰਾ ਭਾਰਤ ਦੇ ਮਹਾਨ ਕਲਾਕਾਰਾਂ ਵਿੱਚੋਂ ਇੱਕ ਹੈ ਰਾਜਕੁਮਾਰ ਉਹ ਆਪਣੇ ਪਿਛੇ ਪਤਨੀ ਗगन ਗਿਲ ਤੋਂ ਵਜਿਆ ਉਸ ਨੇ ਆਪਣੀ ਪਹਿਲੀ ਕਹਾਣੀ 1950 ਦੇ ਆਰੰਭ ਵਿੱਚ ਇੱਕ ਵਿਦਿਆਰਥੀ ਦੇ ਰਸਾਲੇ ਲਈ ਲਿਖੀ ਸੀ ਉਸ ਨੇ ਸੈਂਟਰ ਸਟੀਫਨਸ ਕਾਲਜ ਦਿੱਲੀ ਯੂਨੀਵਰਸਿਟੀ ਤੋਂ ਇਤਿਹਾਸ ਵਿੱਚ ਮਾਸਟਰਸ ਆਫ ਆਰਟਸ ਪੂਰੀ ਕੀਤੀ ਇਸ ਤੋਂ ਬਾਅਦ ਉਸ ਨੇ ਦਿੱਲੀ ਵਿੱਚ ਪੜਾਉਣਾ ਤੇ ਵੱਖ-ਵੱਖ ਸਾਹਿਤਕ ਰਸਾਲਿਆਂ ਲਈ ਲਿਖਣਾ ਸ਼ੁਰੂ ਕੀਤਾ ਉਸ ਦੀ ਸੰਗਾਰ ਸ਼ੀਲਤਾ ਦੀ ਲੀਕ ਉਸ ਦੇ ਵਿਦਿਆਰਥੀ ਦਿਨਾਂ ਦੌਰਾਨ ਵੀ ਦਿਖਾਈ ਦਿੰਦੀ ਸੀ 1947-48 ਵਿੱਚ ਉਹ ਬਕਾਇਦਾ ਮਹਾਤਮਾ ਗਾਂਧੀ ਜੀ ਦੀ ਸਵੇਰ ਦੀਆਂ ਪ੍ਰਾਰਥਨਾ ਸੁਵਾਮਾਂ ਵਿੱਚ ਦਿੱਲੀ ਵਿੱਚ ਸ਼ਾਮਲ ਹੁੰਦਾ ਸੀ ਹਾਲਾਂਕਿ ਉਹ ਭਾਰਤੀ ਕਮਿਊਨਿਸਟ ਪਾਰਟੀ ਦਾ ਇੱਕ ਕਾੜ ਧਾਰਕ ਮੈਂਬਰ ਸੀ ਉਸ ਨੇ ਹੰਗਰੀ ਦੇ ਸੋਵੀਅਤ ਹਮਲੇ ਤੋਂ ਬਾਅਦ 1955 ਵਿੱਚ ਅਸਥੀਪਾ ਤੇ ਦਿੱਤਾ ਸੀ ਇਹੀ ਸੰਘਰਸ਼ੀਲਤਾ ਇਹੀ ਸਰਗਰਮੀ ਉਸ ਦੀਆਂ ਕਹਾਣੀਆਂ ਵਿੱਚ ਜਲਦੀ ਹੀ ਪ੍ਰਤੀਬਿੰਬਤ ਹੋਣ ਵਾਲੀ ਸੀ ਜਿਸ ਨੇ ਭਾਰਤੀ ਸਾਹਿਤਿਕ ਦ੍ਰਿਸ਼ ਵਿੱਚ ਇੱਕ ਨਵਾਂ ਪਹਿਲੂ ਜੋੜ ਦਿੱਤਾ ਉਹ 10 ਸਾਲਾਂ ਤੱਕ ਪ੍ਰਾਗ ਵਿੱਚ ਰਿਹਾ ਜਿੱਥੇ ਉਸ ਨੂੰ ओरिएंटਲ ਇੰਸਟੀਚਿਊਟ ਨੇ ਆਧੁਨਿਕ ਚੈਕ ਲੇਖਕਾਂ ਜਿਵੇਂ ਕਿ ਕਾਰਲ ਕੈਪੇਕ ਮੀਲਾਨ ਕੁੰਦਰਾ ਤੇ ਬੋਹੋ ਮਿਲ ਹਰਪਲ ਨੂੰ ਹਿੰਦੀ ਵਿੱਚ ਅਨੁਵਾਦ ਕਰਨ ਦਾ ਪ੍ਰੋਗਰਾਮ ਸ਼ੁਰੂ ਕਰਨ ਲਈ ਸੱਦਾ ਦਿੱਤਾ ਸੀ ਉਸਨੇ ਚੈੱਕ ਭਾਸ਼ਾ ਵੀ ਸਿੱਖ ਲਈ ਤੇ 1968 ਵਿੱਚ ਪ੍ਰਾਗ ਸਪ੍ਰਿੰਗ ਦੇ ਨਤੀਜੇ ਵਜੋਂ ਘਰ ਪਰਤਣ ਤੋਂ ਪਹਿਲਾਂ ਉਸਨੇ ਦਾ ਵਿਸ਼ਵ ਕਲਾਸ ਕੀ ਰਚਨਾਵਾਂ ਦਾ ਹਿੰਦੀ ਵਿੱਚ ਅਨੁਵਾਦ ਕਰ ਲਿਆ ਸੀ ਪ੍ਰਾਗ ਵਿੱਚ ਪਹਿਲੀ ਰਿਹਾਈ ਦੇ ਦੌਰਾਨ ਉਸਨੇ ਪੂਰੇ ਯੂਰਪ ਦੀ ਵਿਆਪਕ ਯਾਤਰਾ ਕੀਤੀ ਤੇ ਨਤੀਜਾ ਸੱਤ ਸਫਰ ਨਾਮੇ ਸਨ ਜਿਸ ਵਿੱਚ ਚੀਰੋ ਪਾਰ ਚਾਂਦਨੀ ਹਰ ਬਾਰਿਸ਼ ਮੇ ਤੇ ਤੁੰਦ ਸੇ ਉਠੀ ਤੁਣ ਤੇ ਉਸਦੇ ਪ੍ਰਯਾਗ ਵਿੱਚ ਵਿਦਿਆਰਥੀ ਦਿਨਾਂ ਦੇ ਆਧਾਰ ਤੇ ਉਸਦਾ ਪਹਿਲਾ ਨਾਵਲ ਵੇਦਨ 1964 ਚ ਛਪਿਆ ਸੀ ਪ੍ਰਯਾਗ ਤੋਂ ਵਾਪਸ ਪਰਤਣ ਤੇ ਉਸਦਾ ਕਮਿਊਨਿਜ਼ਮ ਤੋਂ মোহ ਭੰਗ ਹੋ ਗਿਆ ਤੇ ਬਾਅਦ ਵਿੱਚ ਉਸਨੇ ਭਾਰਤੀ ਐਮਰਜੈਂਸੀ ਦੇ ਵਿਰੁੱਧ ਜ਼ੋਰਦਾਰ ਆਵਾਜ਼ ਬੁਲੰਦ ਕੀਤੀ ਤੇ ਤਿੱਬਤੀ ਆਜ਼ਾਦੀ ਅੰਦੋਲਨ ਦਾ ਸਮਰਥਕ ਰਿਹਾ ਆਪਣੀਆਂ ਅਗਲੀਆਂ ਲਿਖਤਾਂ ਵਿੱਚ ਉਸਨੇ ਭਾਰਤੀ ਪਰੰਪਰਾਵਾਂ ਤੇ ਪੁਨਰਚਾਤਪਾਈ ਜੋ ਭਾਰਦੀਆਂ ਦੇ ਥੋਪੇ ਜਾ ਰਹੇ ਪੱਛਮੀ ਦ੍ਰਿਸ਼ਟੀਕੋਣ ਦੇ ਸਭਿਆਚਾਰਕ ਖਿਆਲਾਂ ਵਿੱਚ ਪ੍ਰਤੀਬਿੰਬਤ ਬਾਹਰੀ ਆਧੁਨਿਕਤਾ ਦੇ ਮੁਕਾਬਲੇ ਉਸਨੂੰ ਅੰਤਰੀਵੀ ਤੌਰ ਤੇ ਆਧੁਨਿਕ ਝਾਪਨ ਲੱਗ ਪਏ ਸਨ ਇਸ ਤੋਂ ਬਾਅਦ ਉਸਦੇ ਵਿਚਾਰਾਂ ਦਾ ਉਲਾਰ ਹਿੰਦੂਤਵ ਪੱਖੀ ਵਿਚਾਰਾਂ ਨਾਲ ਵੀ ਰਲਗੱਡ ਹੋਣ ਲੱਗ ਪਿਆ ਸੀ 1980 ਤੋਂ 83 ਵਰਮਾ ਨੇ ਭਾਰਤ ਭਵਨ ਭੋਪਾਲ ਵਿੱਚ ਨਿਰਾਲਾ ਸਿਰਜਣਾਤਮਕ ਲੇਖਣੀ ਚੇਅਰ ਦੇ ਚੇਅਰਮੈਨ ਵਜੋਂ ਸੇਵਾ ਨਿਭਾਈ 1988 ਤੋਂ 90 ਵਿੱਚ ਸ਼ਿਮਲਾ ਵਿੱਚ ਜਸ਼ਪਾਲ ਕ੍ਰੀਏਟਿਵ ਰਾਈਟਿੰਗ ਚੇਅਰ ਦਾ ਡਾਇਰੈਕਟਰ ਆ ਉਸ ਦੀ ਕਹਾਣੀ ਮਾਇਆ ਦਰਪਣ ਤੇ ਆਧਾਰਿਤ ਕੁਮਾਰ ਸ਼ਹਾਨੀ ਦੁਆਰਾ ਨਿਰਦੇਸ਼ਿਤ ਫਿਲਮ ਨੇ 베ਸਟ ਫਿਲਮ ਲਈ ਫਿਲਮ ਫੇਅਰ ਆਲੋਚਕ ਪੁਰਸਕਾਰ ਦਿੱਤਿਆ ਉਸਦੇ ਪ੍ਰਸਿੱਧ ਨਾਵਲ ਇੱਕ ਜਿਥੜਾ ਸੁਖ ਵਿੱਚ ਅਗਸਤ ਸਟ੍ਰਿੰਡਵਰਕ ਬਹੁਤ ਸਾਰੇ ਕਿਰਦਾਰਾਂ ਦੇ ਸਿਰਾਂ ਤੇ ਮੰਢਰਾ ਰਿਹਾ ਹੈ 25 ਅਕਤੂਬਰ 2005 ਨੂੰ ਨਵੀਂ ਦਿੱਲੀ ਵਿੱਚ ਉਸਦੀ ਮੌਤ ਹੋ ਗਈ ਇੱਕ ਝਾਤ ਕੈਨੇਡਾ ਤੇ ਸਾਲ 1992 ਮੇਜਰ ਲੀਗ ਬੈਸਬਾਲ ਦੀ ਵਿਸ਼ੇ ਸੀਰੀਜ਼ ਜਿੱਤਣ ਵਾਲੀ ਸੰਯੁਕਤ ਰਾਜ ਤੋਂ ਵਾਰ ਦੀ ਪਹਿਲੀ ਟੀਮ ਬਣ ਵਾਲੇ ਐਟਲਾਂਟਾ ਬ੍ਰੀਵਜ਼ ਨੂੰ ਹਰਾ ਕੇ ਟ੍ਰਾਂਟੋ ਬਲੂਜ਼ੀਜ਼ ਦਾ ਘਰ ਵਿੱਚ ਪ੍ਰਸ਼ੰਸਕਾਂ ਦਾ ਸਵਾਗਤ ਕੀਤਾ ਗਿਆ ਅਗਲੇ ਸੀਜ਼ਨ ਵਿੱਚ ਜੈ 1977 78 ਨਿਊਯਾਰਕ ਜੈ ਕਿਜ਼ ਤੋਂ ਬਾਅਦ ਪਹਿਲੀ ਟੀਮ ਬਣੀ ਜਿਸ ਨੇ 6 ਗੇਮਾਂ ਵਿੱਚ ਫਲੇਡੈਲਫੀਆ ਫਲੀਜ਼ ਨੂੰ ਹਰਾਇਆ ਜੌਕ ਆਰਡਰ ਨੇ ਇੱਕ ਨਾਟਕੀ ਲੜੀ ਜਿੱਤਣ ਵਾਲੀ ਖੇਡ ਵਿੱਚ 6ਵੀਂ ਗੇਮ ਦੀ ਅੰਤਿਮ ਪਾਰੀ ਵਿੱਚ ਤਿੰਨ ਦੌੜਾਂ ਦੀ ਘਰੇਲੂ ਦੌੜ ਨੂੰ ਮਾਰਿਆ। ਸਾਲ 1854 ਮੇਜਰ ਜਨਰਲ ਜੀम्स ਥੌਮਸ ਬਰੂਡਨੇਲ ਕਾਢੀਗੰਦਾ ਸਵਤਮਾ ਹਰਲ ਕ੍ਰੀਮੀਨ ਯੋਧ ਵਿੱਚ ਬਾਲਕਲਾਮਾ ਦੀ ਲੜਾਈ ਵਿੱਚ ਇੱਕ ਅੰਗਰੇਜ਼ੀ ਘੋੜਸਵਾਰ ਬ੍ਰਿਗੇਡ ਦੀ ਅਗਵਾਈ ਕਰਦਾ ਹੈ। ਲਾਈਟ ਬ੍ਰਿਗੇਡ ਦੇ ਬਦਨਾਮ ਚਾਰਜ ਵਿੱਚ ਉਸਦੇ ਅੱਧੇ ਤੋਂ ਬਾਅਦ ਆਦਮੀ ਮਾਰੇ ਗਏ ਜਾਂ ਜੀਅ ਆਦਮੀ ਹੋ ਗਏ। ਕੈਨੇਡੀਅਨ ਅਲੈਗਜ਼ੈਂਡਰ ਡਨ ਨੇ ਉਸ ਦਿਨ ਬਹਾਦਰੀ ਲਈ ਵਿਕਟੋਰੀਆ ਕ੍ਰਾਸ ਪ੍ਰਾਪਤ ਕੀਤਾ ਇਹ ਪਹਿਲੀ ਵਾਰ ਕਿਸੇ ਕੈਨੇਡੀਅਨ ਨੂੰ ਦਿੱਤਾ ਗਿਆ ਸੀ ਕੈਨੇਡਾ ਦੇ ਪ੍ਰਸਿੱਧ ਤਾਕਤਵਾਰ ਜੋਸ ਮੋਨਟਫ੍ਰੈਡ ਵੀ ਐਸੇ ਹੀ ਦਿਨ 1802 ਨੂੰ ਜਨਮੇ ਸਨ ਤੇ ਕੈਨੇਡਾ ਦੇ ਪ੍ਰਸਿੱਧ ਨਿਰਦੇਸ਼ਕ ਤੇ ਨਿਰਮਾਤਾ ਡੇਵਿਡ ਫਰਨਿਸ ਦਾ ਜਨਮ ਵੀ ਐਸੇ ਹੀ ਦਿਨ 1968 ਨੂੰ ਹੋਇਆ ਸੀ ਸਾਲ 1970 ਗਾਇਕ ਗੀਤਕਾਰ ਐਡ ਰੌਬਰਟਸਨ ਜਨਮੇ ਸਨ ਇੱਕ ਪਾਂਛੀ ਚਾਤ ਪੇਸ਼ਵਤੇ ਸਾਲ 473 ਈਸਵੀ ਚ ਬਜ਼ਨਟ ਸਾਮਰਾਜ ਲਈ ਰਾਜਾ ਲਿਓਵਾਨ ਨੇ ਆਪਣੇ ਪੋਤੇ ਲਿਓ 2 ਤੇ ਉਤਰਾਧਿਕਾਰੀ ਦੇ ਤੌਰ ਤੇ ਦਾਵਾ ਕੀਤਾ ਸਾਲ 1447 ਈਸਵੀ ਚ ਕੇਪ ਆਫ ਨਿਸਟੇਰੇ ਦੀ ਦੂਸਰੀ ਲੜਾਈ ਚ ਬਰਤਾਨੀਆ ਨੇ ਸ਼ਾਸਕ ਐਡਵਰਡ ਹਾਕਾਇ ਦੀ ਅਗਵਾਈ ਚ ਫਰਾਂਸ ਨੂੰ ਹਰਾਇਆ ਸਾਲ 1957 ਚ ਫਿਲਮ ਮਦਰ ਇੰਡੀਆ ਰਿਲੀਜ਼ ਹੋਈ ਸਾਲ 1973 ਜੌਂਗ ਕਿਪਰ ਯੁੱਧ ਅਧਿਕਾਰ ਤੌਰ ਤੇ ਬੰਦ ਕੀਤਾ ਗਿਆ ਸਾਲ 2009 ਚ ਬਗਦਾਦ ਚ ਬੰਬ ਧਮਾਕੇ ਚ 155 ਵਿਅਕਤੀ ਮਾਰੇ ਗਏ ਤੇ 721 ਵਿਅਕਤੀ ਜ਼ਖਮੀ ਹੋ ਗਏ ਅੱਗੇ ਜਿਕਰ ਹੈ 1791 ਦਾ ਇਤਾਲਵੀ ਫੌਜੀ ਜੋ ਨੇਪੋਲੀਅਨ ਪਰਸ਼ੀਆ ਦੇ ਸਾਥ ਰਣਜੀਤ ਸਿੰਘ ਦੀਆਂ ਫੌਜਾਂ ਦਾ ਹਿੱਸਾ ਰਿਹਾ ਪਾਉਲੋ ਦੀ ਆਵਿਤਾ ਬੀਲੇ ਦਾ ਜਨਮ ਹੋਇਆ ਸਾਲ 1800 ਵਰਤਾਨਵੀ ਇਤਿਹਾਸਕਾਰ ਤੇ ਵਿੰਗ ਸਿਆਸਨ ਥਾਮਸ ਵਿੰਟਨ ਮੈਕਾਲੇਤਾ ਜਨਮ ਹੋਇਆ ਅੱਗੇ ਜ਼ਿਕਰ ਹੈ 1811 ਦਾ ਫ੍ਰਾਂਸੀਸੀ ਗਣਿਤ ਵਿਗਿਆਨੀ ਐਵਾਰਿਸਟ ਗੈਲੂਆ ਦਾ ਜਨਮ ਹੋਇਆ ਸਾਲ 1881 ਸਪੇਨ ਦਾ ਮਹਾਨ ਚਿੱਤਰਕਾਰ ਮੂਰਤੀਕਾਰ ਪ੍ਰਿੰਟ ਮੇਕਰ ਸੇਰੇਮਿਕ ਡਿਜ਼ਾਈਨਰ ਦੇ ਸਟੇਜ ਡਿਜ਼ਾਈਨਰ ਪਾਬਲੋ ਪਿਕਾਸੋ ਦਾ ਜਨਮ ਹੋਇਆ ਅੱਗੇ ਵਧਦੇ ਹਾਂ 1972 ਵਾਲ ਫ੍ਰਾਂਸੀਸੀ ਆਰਥਸ਼ਾਸਤਰੀ ਇਸਥਰ ਡੈਫਲੋ ਦਾ ਜਨਮ ਹੋਇਆ ਸਾਲ 1975 ਅੰਗਰੇਜ਼ ਨਾਵਲਕਾਰ ਨਿਬੰਧਕਾਰ ਤੇ ਕਹਾਣੀ ਲੇਖਕ ਜੀ.ਡੀ. ਸੁਮੇਤ ਦਾ ਜਨਮ ਹੋਇਆ ਅੱਗੇ ਜ਼ਿਕਰ ਹੈ 1984 ਦਾ ਅਮਰੀਕੀ ਗਾਇਕ ਗੀਤਕਾਰ ਸੰਗੀਤਕਾਰ ਵਪਾਰੀ ਸਮਾਸ਼ੇਵੀ ਕੈ蒂 ਪੈਰੀ ਦਾ ਜਨਮ ਹੋਇਆ ਸਾਲ 1400 ਅੰਗਰੇਜ਼ੀ ਸਾਹਿਤ ਵਿੱਚ ਸ਼ਾਇਰੀ ਦਾ ਬਾਬਾ ਆਦਮ ਚੈਗਰੀ ਚੌਸਰ ਦਾ ਦਿਹਾਂਤ ਹੋਇਆ ਅੱਗੇ ਜ਼ਿਕਰ ਹੈ 1861 ਦਾ ਜਰਮਨ ਦਾ 19ਵੀਂ ਸਦੀ ਦਾ ਵਕੀਲ ਤੇ ਇਤਿਹਾਸਕਾਰ ਫੈਂਡਰਿਕ ਕਾਰਲ ਵੋਨ ਸਵੀਗਨੇ ਦਾ ਦਿਹਾਂਤ ਹੋਇਆ ਸਾਲ 2014 ਈਰਾਨ ਵਿੱਚ ਖੁਫੀਆ ਵਿਭਾਗ ਦੇ ਇੱਕ ਅਧਿਕਾਰੀ ਮੋਟਜ਼ਾ ਅਬਦੁੱਲਾਲੀ ਸਰਵੰਦੀ ਦੀ ਹਤਿਆ ਕਰਨ ਵਾਲੀ ਔਰਤ ਰਿਹਾਨਾ ਚਵਾਰੀ ਦਾ ਦਿਹਾਂਤ ਹੋਇਆ ਸੋ ਇਹ ਸਨ ਅੱਜ 25 ਅਕਤੂਬਰ ਨਾਲ ਸੰਬੰਧਿਤ ਪੰਜਾਬ ਸਿੱਖ ਤਿਵਾਰੀਖ ਤੇ ਦੇਸ਼ ਦੁਨੀਆ ਨਾਲ ਜੜੀਆਂ ਘਟਨਾਵਾਂ ਜਿਨ੍ਹਾਂ ਦੀ ਸਾਂਝ ਤੁਹਾਡੇ ਨਾਲ ਪਾਈ ਗਈ ਹੈ ਮਿਲਦੇ ਆ 26 ਅਕਤੂਬਰ ਦੇ ਇਤਿਹਾਸ ਨਾਲ ਮੈਨੂੰ ਰਮਨ ਸਿੱਧੂ ਨੂੰ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ